ਅਸਲਾਮੁ ਅਲੈਕੁਮ, ਕੀ ਹਾਲ ਚਾਲ ਨੇ ਜਨਾਬ? ਤੁਸੀਂ ਵੇਖਦੇ ਪਏ ਹੋਤਾ ਪੰਜਾਬ ਟੀਵੀ। ਮੈਂ ਤੁਹਾਡਾ ਮੇਜ਼ਬਾਨ ਮੁਹੰਮਦ ਹਸਨ ਰਜ਼ਾ। ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਔਰ ਬੈੱਲ ਆਈਕਨ ਤੇ ਪ੍ਰੈਸ ਕਰਨਾ ਹੈ ਤਾਂ ਕਿ ਸਾਡੀ ਨਵੀਂ ਆਉਣ ਵਾਲੀ ਅੱਛੀ ਔਰ ਬਿਹਤਰੀਨ ਵੀਡੀਓ ਤੁਹਾਡੇ ਵੀਰਾਂ ਤੱਕ ਪਹੁੰਚੇ। ਔਰ ਤੁਸੀਂ ਵੇਖਦੇ ਰਹੋ ਹਮੇਸ਼ਾ ਦੀ ਤਰ੍ਹਾਂ। ਅੱਜ ਦੀ ਵੀਡੀਓ ਇਹ ਜਨਾਬ ਇੰਤਹਾਈ ਇੰਟਰਸਟਿੰਗ। ਬਾਈ ਨਵੀਦ ਅਲੀ ਬੁਰੀ ਮੱਝ ਲੱਗੀ ਸੀ, ਇੱਕ ਦਿਨ ਮੱਝ ਲੱਗੀ, ਦੂਸਰੇ ਦਿਨ ਚੁਆਈ ਦੀ ਵੀਡੀਓ ਵੀ ਲੱਗੀ ਸੀ। ਇਹ ਜਨਾਬ ਸਾਡੇ ਪਿਆਰੇ ਵੀਰ ਨੇ ਔਰ ਸਾਡੇ ਪਿਆਰੇ ਮੋਹਤਰਮ ਹਾਜੀ ਆਜ਼ਮ ਗੁੰਮਨ ਸਾਹਿਬ, ਜ਼ਿਲ੍ਹਾ ਸਿਆਲਕੋਟ, ਹਾਲ ਮੁਕੀਮ ਸਾਊਦੀ ਅਰਬ। ਬਾਈ ਹਾਜੀ ਸਾਹਿਬ ਹੋਰਾਂ ਦੇ ਨਾਲ ਸੌਦਾ ਹੋ ਗਿਆ ਹਾਂ ਇਸ ਮੱਝ ਦਾ, ਬੁਰੀ ਮੱਝ ਦਾ। ਬਾਈ ਨਵੀਦ ਹੋਰਾਂ ਦੇ ਨਾਲ ਕਰਦੇ ਹਾਂ ਕਿ ਬਾਈ ਨਵੀਦ ਵਿੱਚ ਕੋਈ ਵਾਧਾ ਘਾਟਾ ਤਾਂ ਨਹੀਂ ਹੋਇਆ? ਬਾਕੀ ਹਾਜੀ ਆਜ਼ਮ ਸਾਹਿਬ ਉਹਨਾਂ ਦਾ ਜਨਾਬ ਸਪੈਸ਼ਲ ਸ਼ੁਕਰੀਆ ਅਦਾ ਕਰਦਾ ਕਿ ਉਹਨਾਂ ਨੇ ਦੋਈ ਵਾਰੀ ਸਾਡੇ ਤੇ ਇਤਮਾਦ ਕੀਤਾ ਹੈ। ਗੱਲ ਇਸ ਚੀਜ਼ ਦੇ ਵਿੱਚ ਮਜ਼ਾ ਆਉਂਦਾ ਕਿ ਅਗਰ ਇੱਕ ਬੰਦਾ ਇੱਕ ਚੈਨਲ ਵਾਲੇ ਕੋਲੋਂ ਮਾਲ ਲਵੇ, ਫਿਰ ਲਵੇ, ਫਿਰ ਲਵੇ, ਫਿਰ ਲਵੇ, ਇਸ ਗੱਲ ਵਿੱਚ ਮਜ਼ਾ ਆਉਂਦਾ ਹੈ। ਬਾਕੀ ਮੈਂ ਸ਼ੁਕਰੀਆ ਅਦਾ ਕਰਨਾ ਆਪਦੇ ਵੀਰਾਂ ਦਾ ਜਿਹੜੇ ਬਾਈ ਮੈਨੂੰ ਸਪੋਰਟ ਕਰ ਰਹੇ ਨੇ, ਹੋਤਾ ਪੰਜਾਬ ਟੀਵੀ ਚੈਨਲ ਦੀ ਟੀਮ ਨੂੰ ਸਪੋਰਟ ਕਰਦੇ ਪਏ ਨੇ ਓਵਰਸੀਜ਼ ਕੰਟਰੀਆਂ ਦੇ ਵਿੱਚ। ਮੇਰੇ ਜਿਹੜੇ ਪਿਆਰੇ ਬਾਈ ਨੇ ਬਾਹਰ ਦੇ ਮੁਲਕਾਂ ਦੇ ਵਿੱਚ ਇਸ ਟਾਈਮ ਜਨਾਬ ਮਿਹਨਤਾਂ ਮਜ਼ਦੂਰੀਆਂ ਕਰਕੇ ਸਾਡੇ ਨਾਲ ਤਾਵਣ ਕਰਦੇ ਪਏ ਨੇ, ਸਾਡੇ ਕੋਲੋਂ ਮਾਲ ਲੈਂਦੇ ਪਏ ਨੇ, ਸਪੈਸ਼ਲ ਸ਼ੁਕਰੀਆ ਹੈ ਉਹਨਾਂ ਦਾ। ਬਾਕੀ ਬਾਈ ਨਵੀਦ ਕੀ ਹਾਲ ਚਾਲ ਹੈ? ਆਪਣੀ ਬੁਰੀ ਮੱਝ ਲੱਗੀ ਆਈ ਜੀ, ਹਾਜੀ ਸਾਹਿਬ ਹੋਰਾਂ ਦੇ ਨਾਲ ਸੌਦਾ ਹੋਇਆ, ਤੁਹਾਡੀ ਡਾਇਰੈਕਟ ਗੱਲ ਕਰਵਾਈ ਹੈ, ਵਿੱਚ ਕੋਈ ਵਾਧਾ ਘਾਟਾ ਤਾਂ ਨਹੀਂ ਹੋਇਆ ਕਿਸੇ ਕਿਸਮ ਦਾ? ਹਾਜੀ ਸਾਹਿਬ ਨੇ ਡਾਇਰੈਕਟ ਗੱਲ ਕੀਤੀ, ਉਹਨੇ ਆ ਪੁੱਤਰ ਮੈਂ ਮੱਝ ਲੈ ਜਾਣੀ ਹੈ। ਹਾਂਜੀ, ਤੇ ਇਹ ਮੱਝ ਇਹਨਾਂ ਦੋਸਤਾਂ ਨੇ, ਬਾਈ ਦਾ ਨਾਂ ਬਾਈ ਅਮੀਰ ਹਮਜ਼ਾ ਕੈਮਰਾਮੈਨ ਸਾਹਿਬ ਨੇ ਆਖਿਆ ਕਿ ਮੱਝ ਹਾਜੀ ਸਾਹਿਬ ਬਹੁਤ ਚੋਖੀ ਚੰਗੀ ਹੈ, ਇਹਦਾ ਇਸ ਦਾ ਨਾਂ ਲਿਆ। ਉਹਨੇ ਆਖਿਆ ਮੇਰੇ ਮੈਂ ਇਹਦੇ ਤੇ ਮੁਤਮੈਨ ਆ, ਬਿਲਕੁਲ। ਫਿਰ ਉਹਨੇ ਮੱਝ ਵੇਖੀ, ਉਹਨੇ ਆਖਿਆ ਮੀਰ ਹਮਜ਼ਾ ਵਰਗਾ ਬੰਦਾ ਕੋਈ ਨੀ ਵੀਡੀਓ ਵਾਲਾ ਚੈਨਲ ਵਾਲਾ। ਮੀਰ ਹਮਜ਼ਾ ਨੇ ਮੈਨੂੰ ਜਿਵੇਂ ਆਖ ਦੇ, ਮੈਂ ਅੱਗੇ ਵੀ ਦੋ ਚਾਰ ਡੰਗਰ ਲੈ ਗਿਆ, ਬਿਲਕੁਲ ਸੋਨੇ ਵਰਗੇ ਡੰਗਰ ਦਿੱਤੇ ਨੇ ਉਹਨੇ, ਸੋਨੇ ਵਰਗੇ ਆਪ ਬਾਹਰ ਬੈਠੇ ਨੇ, ਉਹਨਾਂ ਨੇ ਇਤਮਾਦ ਤੇ ਮੱਝ ਲੈਂਦਾ ਪਿਆ। ਇਨਸ਼ਾਲਾ ਜਿਵੇਂ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਉਵੇਂ ਮੱਝ ਖਰੀਏ, ਬਿਲਕੁਲ। ਮੱਝ ਦੀਆਂ ਦੋ ਚਵਾਈਆਂ ਕਰ ਲਈਆਂ ਨੇ, ਬਿਲਕੁਲ, ਮਾਸ਼ਾਅੱਲਾ। ਮੱਝ ਜਿਵੇਂ ਦੱਸੀ ਉਸ ਤੋਂ ਬਾਅਦ ਤੇ ਦੋ ਚਵਾਈਆਂ ਤੇ ਨਿਕਲੀਏ, ਤੇ ਮੱਝ ਵੀ ਅੱਲਾ ਮਾਸ਼ਾਅੱਲਾ ਬਹੁਤ ਚਵਾਜ ਆਮ ਨਹੀਂ ਲੱਭਦੇ, ਤੇ ਐਡੀ ਨਸਲੀ ਮੱਝ ਨਹੀਂ ਲੱਭਦੀ, ਨਹੀਂ ਲੱਭਦੀ। ਉਹਨਾਂ ਨੇ ਵੀ ਬੜੀ ਦਲੇਰੀ ਕੀਤੀ ਏ, ਮੱਝ ਲੈਣ ਲੱਗਿਆ ਮੱਝ ਜਿਹੜੀ ਏ ਅੱਲਾ ਦੇ ਹੁਕਮ ਨਾਲ ਇਹਦੀ ਮੁੱਠ ਮੁੱਠ ਥਾਣ ਮੈਂ ਬਿੱਲੀਆਂ ਅੱਖਾਂ, ਮੈਂ ਹੁਣ ਫੇਰ ਚੁਮਣ ਵਾਸਤੇ ਆਏ ਖੜੇ ਨੇ। ਲਾਲ ਡੋਰੇ ਸ਼ਿਕਾਰੀ ਲੱਭਦੇ ਨੇ ਕਿ ਅੱਖਾਂ ਬਿੱਲੀਆਂ ਆਵਣ ਤੇ ਡੋਰੇ ਆਵਣ ਲਾਲ। ਇਹ ਜਨਾਬ ਲਾਲ ਡੋਰੇ ਤੇ ਬਿੱਲੀਆਂ ਅੱਖਾਂ, ਬਾਕੀ ਤੁਹਾਡੀ ਅੱਖਾਂ ਦੇ ਸਾਹਮਣੇ ਇੱਥੇ ਜਨਾਬ ਤਸਲੀਆਂ ਕਰਨੀਆਂ ਨੇ। ਬਾਕੀ ਇਹ ਇੰਤਹਾਈ ਖੂਬਸੂਰਤ ਜਨਾਬ ਬੂਰੇ ਰੰਗ ਦੀ ਮੱਝ, ਇਹ ਜਨਾਬ ਹਾਜੀ ਆਜ਼ਮ ਗੁੰਮਨ ਸਾਹਿਬ, ਅੱਲਾ ਪਾਕ ਉਹਨਾਂ ਦੇ ਨਸੀਬ ਕਰੇ ਤੇ ਅੱਲਾ ਪਾਕ ਉਹਨਾਂ ਦਾ ਸ਼ੌਕ ਸਲਾਮਤ ਰੱਖੇ। ਤਸਲੀਆਂ ਕਰਵਾਉਣੀਆਂ ਨੇ ਕੈਮਰਾਮੈਨ ਸਾਹਿਬ ਮੱਝ ਦੀਆਂ। ਬਾਕੀ ਜਨਾਬ ਇਹ ਤੁਹਾਡਾ ਆਪਣਾ ਚੈਨਲ ਹੈ, ਇਹਦੇ ਤੇ ਕੋਈ ਵਾਧਾ ਘਾਟਾ ਕਿਸੇ ਕਿਸਮ ਦਾ ਨਹੀਂ ਹੁੰਦਾ, ਇਹਦੇ ਤੇ ਜਨਾਬ ਗੱਲਾਂ ਨਹੀਂ ਆਉਂਦੀਆਂ, ਇਹਦੇ ਤੇ ਕੰਮ ਹੁੰਦਾ ਔਰ ਜਨਾਬ ਕੰਮ ਕਰ ਤੇ ਵਿਖਾਈਦਾ। ਬਾਕੀ ਸਾਰੇ ਬਾਈਆਂ ਦੇ ਤਾਵਣ ਦਾ ਸ਼ੁਕਰੀਆ ਹੈ ਜਨਾਬ, ਜਿਹੜੇ ਬਾਈ ਤਾਵਣ ਕਰਦੇ ਪਏ ਨੇ ਸਾਡੇ ਨਾਲ, ਮੈਂ ਉਹਨਾਂ ਦਾ ਜਨਾਬ ਸ਼ੁਕਰੀਆ ਅਦਾ ਕਰਨਾ। ਇੱਥੇ ਤਸਲੀਆਂ ਕਰਨੀਆਂ ਨੇ ਮੱਝ ਦੀਆਂ, ਪਿੱਛੇ ਮੱਝ ਦੇ ਕੱਟੀ ਏ ਇੰਤਹਾਈ ਖੂਬਸੂਰਤ ਹੈ ਜਨਾਬ। ਇਹ ਇੱਕ ਨੀਲੀ ਦਾ ਅਨਮੋਲ ਹੀਰਾ ਹੈ, ਚੈੱਕ ਕਰਨੀ ਹੈ ਮੱਝ, ਮਾਸ਼ਾਅੱਲਾ। ਅੱਲਾ ਪਾਕ ਹਾਜੀ ਹੋਰਾਂ ਦੇ ਨਸੀਬ ਕਰੇ, ਹਾਜੀ ਸਾਹਿਬ ਹੋਰਾਂ ਦੇ, ਹਾਜੀ ਆਜ਼ਮ ਗੁੰਮਨ ਸਾਹਿਬ।
ਅੱਲਾਹ ਪਾਕ ਉਹਨਾਂ ਦਾ ਸ਼ੌਕ ਸਲਾਮਤ ਰੱਖੇ। ਉਮੀਦ ਹੈ ਅੱਜ ਦੀ ਵੀਡੀਓ ਬਾਈਆਂ ਨੂੰ ਪਸੰਦ ਆਉ ਸੀ, ਵੀਡੀਓ ਆਵੇ ਪਸੰਦ। ਹਮੇਸ਼ਾ ਦੀ ਤਰ੍ਹਾਂ ਲਾਈਕ ਸ਼ੇਅਰ ਤੇ ਮੁਹੱਬਤਾਂ ਵਾਲੇ ਕਮੈਂਟ ਲਾਜ਼ਮੀ ਕਰਨੇ। ਮਿਲਾਂਗੇ ਅੱਛੀ ਔਰ ਬਿਹਤਰੀਨ ਵੀਡੀਓ ਦੇ ਨਾਲ। ਅੱਲਾਹ।